ਲਓ ਜੀ, ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਮੈਂ ਜਿਹੜਾ ਮੁਲਤਾਨੀ ਮਿੱਟੀ ਵਾਲਾ ਫੇਸ ਪੈਕ ਆ, ਇਹਨੂੰ ਕਿਸ ਤਰ੍ਹਾਂ ਲਗਾਉਣਾ ਅਤੇ ਵੀਕ ਦੇ ਵਿੱਚ ਕਿੰਨੇ ਦਿਨ ਲਗਾਉਣਾ, ਹੈ ਨਾ, ਉਹ ਤੁਹਾਡੇ ਨਾਲ ਸ਼ੇਅਰ ਕਰਦੇ। ਜਾਣੀ ਕਿ ਸਮਰ ਦਾ ਇਹ ਸਭ ਤੋਂ ਵਧੀਆ ਜਿਹੜਾ ਫੇਸ ਪੈਕ ਹੈਗਾ, ਹੈ ਨਾ, ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ। ਇੱਕ ਰਿਕੁਐਸਟਡ ਵੀਡੀਓ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ, ਉਹ ਕਹਿੰਦੇ ਵੀ ਮੁਲਤਾਨੀ ਮਿੱਟੀ ਕਿਸ ਤਰ੍ਹਾਂ ਲਗਾਉਣੀ ਆ ਉਹ ਦੱਸੋ ਸਾਨੂੰ। ਚਲੋ ਜੀ, ਅੱਜ ਆਪਾਂ ਮੁਲਤਾਨੀ ਮਿੱਟੀ ਵਾਲਾ ਜਿਹੜਾ ਪੈਕ ਆ ਉਹ ਤੁਹਾਨੂੰ ਲਗਾ ਕੇ ਦੱਸਦੇ ਹਾਂ, ਅਤੇ ਇਹ ਵੀ ਦੱਸਦੇ ਨਾਲ ਨਾਲ ਵੀ ਇਹਦੇ ਵਿੱਚ ਕੀ ਮਤਲਬ ਕਿ, ਹੈ ਨਾ, ਆਪਾਂ ਕਿਸ ਤਰ੍ਹਾਂ ਇਹਨੂੰ ਲਗਾਉਣਾ ਗਾ ਅਤੇ ਇਹਦੇ ਵਿੱਚ ਕੀ ਆਪਾਂ ਮਿਕਸ ਕਰਨਾ ਹੋਰ, ਹੈ ਨਾ, ਅਤੇ ਜਾਂ ਬਾਕੀ ਤਾਂ ਆਪਾਂ ਦੇਖੋ ਨੋਰਮਲੀ ਵਾਟਰ ਦੇ ਨਾਲ ਲਾਉਂਦੇ ਹਾਂ ਜਿਹੜਾ ਰੋਜ਼ ਵਾਟਰ ਹੁੰਦਾ, ਪਰ ਮੈਂ ਤੁਹਾਨੂੰ ਅੱਜ ਬਿਲਕੁਲ ਨਵੇਂ ਤਰੀਕੇ ਦੇ ਨਾਲ ਦੱਸੂੰਗੀ। ਚਲੋ ਜੀ, ਵੀਡੀਓ ਦੇ ਆਪਾਂ ਅੱਗੇ ਵੱਧਦੇ ਹਾਂ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਤੁਸੀਂ ਮੇਰੇ ਚੈਨਲ 'ਤੇ ਮੇਰੇ ਭੈਣ ਭਰਾ ਨਵੇਂ ਹੋ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਅਤੇ ਲਾਈਕ ਵੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਮੈਂ ਠੀਕ ਹਾਂ ਜੀ, ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਅਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ। ਚਲੋ ਜੀ, ਅੱਜ ਦਾ ਜਿਹੜਾ ਬਲੌਗ ਆ ਇੱਕ ਰਿਕੁਐਸਟਡ ਵੀਡੀਓ, ਇਹ ਕਾਫੀ ਦਿਨ ਹੋ ਗਏ ਭੈਣ ਦਾ ਆਇਆ ਸੀ ਕਮੈਂਟ, ਉਹ ਕਹਿੰਦੇ ਸੀ ਵੀ ਮੁਲਤਾਨੀ ਮਿੱਟੀ ਕਿਸ ਤਰ੍ਹਾਂ ਆਪਣੇ ਫੇਸ 'ਤੇ ਲਾਉਣੀ ਆ, ਵੀ ਉਹਦੇ ਬਾਰੇ ਦੱਸੋ, ਹੈ ਨਾ। ਅਤੇ ਚਲੋ ਜੀ, ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਮੁਲਤਾਨੀ ਮਿੱਟੀ ਆ ਜਿਹੜੀ ਆਪਾਂ ਕਿਸ ਤਰ੍ਹਾਂ ਜਿਹੜੀ ਲਾਉਣੀ ਆ, ਹੈ ਨਾ, ਕੀ ਇਹਦੇ ਆਪਾਂ ਨੂੰ ਫਾਇਦੇ ਹੁੰਦੇ ਨੇ। ਵੈਸੇ ਫਾਇਦੇ ਤਾਂ ਤੁਹਾਨੂੰ ਪਤਾ ਹੀ ਹੈ ਜੀ, ਹਰ ਇੱਕ ਨੂੰ ਅੱਜ ਕੱਲ੍ਹ ਆਪਾਂ ਡਾਕਟਰ ਦੇ ਜਾਂਦੇ ਦੇਖੋ, ਹੈ ਨਾ, ਅੱਗੇ ਡਾਕਟਰ ਦੱਸਦੇ ਸੀ ਵੀ ਭਾਈ ਤੂੰ ਆਹ ਪਰਹੇਜ਼ ਕਰਨਾ, ਆਹ ਤੂੰ ਖਾਣਾ, ਆਹ ਤੂੰ ਨਹੀਂ ਖਾਣਾ, ਹੈ ਨਾ, ਪਰ ਹੁਣ ਮੇਰੇ ਖਿਆਲ ਦੇ ਵਿੱਚ ਡਾਕਟਰ ਨੂੰ ਵੀ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ, ਕਿਉਂਕਿ ਸਭ ਨੂੰ ਪਤਾ ਹੀ ਹੈ ਜੀ, ਹੈ ਨਾ, ਵੀ ਅਸੀਂ ਆਹ ਪਰਹੇਜ਼ ਕਰਨਾ ਅਤੇ ਆਹ ਖਾਣਾ ਨਹੀਂ ਖਾਣਾ। ਇਸੇ ਤਰ੍ਹਾਂ ਚਲੋ ਜੀ, ਤੁਹਾਨੂੰ ਪਤਾ ਹੀ ਹੈ ਵੀ ਮੁਲਤਾਨੀ ਮਿੱਟੀ ਦੇ ਕੀ ਬੈਨੀਫਿਸ਼ੀਅਲ ਨੇ, ਹੈ ਨਾ, ਸਭ ਨੂੰ ਪਤਾ ਹੀ ਹੈ, ਪਰ ਇਹ ਜਿਹੜੀ ਅੱਜ ਮੈਂ ਫੇਸ ਪੈਕ ਬਣਾਉਣ ਜਾ ਰਹੀ ਹਾਂ ਇਹ ਸਮਰ ਦਾ ਬਹੁਤ ਵਧੀਆ ਜਿਹੜਾ ਫੇਸ ਪੈਕ ਹੈਗਾ, ਹੈ ਨਾ। ਕੀ ਕਰਦੇ ਮੋਸਟਲੀ ਆਪਾਂ ਜ਼ਿਆਦਾਤਰ, ਹੈ ਨਾ ਭੈਣਾਂ, ਜਾਂ ਫਿਰ ਪਾਣੀ ਦੇ ਵਿੱਚ ਘੋਲ ਲੈਂਦੇ ਨੇ, ਹੈ ਨਾ, ਮੁਲਤਾਨੀ ਮਿੱਟੀ ਨੂੰ, ਉੱਦਾਂ ਆਪਾਂ ਫੇਸ ਪੈਕ ਬਣਾ ਕੇ ਲਾ ਲੈਂਦੇ ਹਾਂ, ਜਾਂ ਫਿਰ ਗੁਲਾਬ ਜਲ ਦੇ ਵਿੱਚ ਵੀ ਆਪਾਂ, ਹੈ ਨਾ, ਯਾਨੀ ਕਿ ਰੋਜ਼ ਵਾਟਰ ਦੇ ਵਿੱਚ ਵੀ ਇਹਨੂੰ ਪੈਕ ਦਾ ਜਿਹੜਾ ਘੋਲ ਤਿਆਰ ਕਰ ਲੈਂਦੇ ਹਨ, ਉਹ ਆਪਾਂ ਲਗਾ ਲੈਂਦੇ ਹਾਂ ਆਪਣੇ। ਅੱਜ ਮੈਂ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ ਦੱਸੂ, ਅਤੇ ਬਹੁਤ ਜ਼ਿਆਦਾ ਯੂਜ਼ਫੁੱਲ ਆ, ਅਤੇ ਤੁਸੀਂ ਮਤਲਬ ਕਿ ਕਮੈਂਟ ਕਰਿਓ ਮੈਨੂੰ ਜਿਨ੍ਹਾਂ ਜਿਨ੍ਹਾਂ ਨੂੰ ਫਾਇਦਾ ਹੋਊਗਾ, ਭੈਣਾਂ ਨੂੰ, ਹੈ ਨਾ, ਜਿਨ੍ਹਾਂ ਨੂੰ ਮਤਲਬ ਕਿ ਵਧੀਆ ਰਿਜ਼ਲਟ ਮਿਲਣਗੇ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਲਦੀ ਜਲਦੀ ਲਿਖ ਕੇ ਦੱਸਿਓ, ਅਤੇ ਜਿਨ੍ਹਾਂ ਨੂੰ ਨਾ ਵੀ ਫਾਇਦੇ ਹੋਏ ਉਹ ਵੀ ਦੱਸਿਓ। ਪਰ ਇਹ ਜਿਹੜੀ ਮਤਲਬ ਕਿ ਜਿਹੜਾ ਫੇਸ ਪੈਕ ਬਣਾ ਰਹੀ ਹਾਂ ਇਹਦੇ ਬਹੁਤ ਫਾਇਦੇ ਨੇ, ਤੁਹਾਨੂੰ ਮਤਲਬ ਕਿ ਨੈਗੇਟਿਵ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਵੀ ਸਾਨੂੰ ਨਹੀਂ ਫਾਇਦਾ ਹੋਇਆ, ਮੇਰਾ ਮਤਲਬ ਵੀ ਉਹ ਕਮੈਂਟ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਹੈਗੀ, ਕਿਉਂਕਿ ਆਪਾਂ ਜੋ ਵੀ ਦੱਸਦੇ ਹਾਂ ਤੁਹਾਡੇ ਨਾਲ, ਜੋ ਵੀ ਸ਼ੇਅਰ ਕਰਦੇ ਹਾਂ ਉਹ ਓਰੀਜਨਲੀ ਆਪਾਂ ਚੀਜ਼ ਸ਼ੇਅਰ ਕਰਦੇ ਹਾਂ, ਕੋਈ ਇਹ ਨਹੀਂ ਹੈਗਾ ਵੀ ਆਪਾਂ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਹਾਂ ਵੀ ਵਿਊਜ਼ ਦੇ ਲਈ ਮੈਂ ਕੁਝ ਵੀ ਨਹੀਂ ਸ਼ੇਅਰ ਕਰਦੀ ਹੁੰਦੀ, ਹੈ ਨਾ, ਕਿਉਂਕਿ ਮੈਨੂੰ ਪਤਾ ਜੀ ਜਿਹੜੀ ਫੇਸ ਦੀ ਪ੍ਰੋਬਲਮ ਮੈਂ ਝੱਲ ਰਹੀ ਹਾਂ ਉਹ ਤੁਸੀਂ ਝੱਲੋ ਨਹੀਂ ਜੀ, ਹੈ ਨਾ, ਇਹ ਕਦੇ ਵੀ ਮੈਂ ਗਲਤ ਤੁਹਾਨੂੰ ਰਹਿ ਨਹੀਂ ਦਿੰਦੀ, ਕੋਈ ਗਲਤ ਦੀ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ, ਹੈ ਨਾ। ਚਲੋ ਜੀ, ਇਹ ਮੁਲਤਾਨੀ ਮਿੱਟੀ ਵਾਲਾ ਜਿਹੜਾ ਫੇਸ ਪੈਕ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਕਿਨ ਨੂੰ ਆਪਣੀ ਨੂੰ ਕਲੀਨਜਿੰਗ ਕਰਾਂਗੇ, ਉਹ ਕਿਸ ਤਰ੍ਹਾਂ ਕਰਾਂਗੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਕਿਉਂਕਿ ਕੀ ਕਰਦੇ ਹਾਂ ਆਪਾਂ ਆਮ ਬਸ ਇੱਦਾਂ ਹੀ ਅਪਲਾਈ ਕਰ ਲੈਂਦੇ ਹਾਂ, ਫੇਸ ਨੂੰ ਆਪਾਂ ਜਿਹੜਾ ਕਲੀਨਜਿੰਗ ਨਹੀਂ ਕਰਦੇ, ਹੈ ਨਾ। ਚਲੋ ਜੀ, ਚੱਲਦੇ ਹਾਂ ਫਿਰ ਫਟਾਫਟ ਆਪਾਂ ਕਿਚਨ ਦੇ ਵਿੱਚ, ਅਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀ ਕਿਹੜੀਆਂ ਕਿਹੜੀਆਂ ਦੇ ਲਈ ਆਪਾਂ ਚੀਜ਼ਾਂ ਲਵਾਂਗੇ, ਕਿਸ ਤਰ੍ਹਾਂ ਇਹਨੂੰ ਆਪਾਂ ਇਸਤੇਮਾਲ ਕਰਨਾ ਆਪਣੇ ਫੇਸ 'ਤੇ, ਹੈ ਨਾ, ਕਿਸ ਤਰ੍ਹਾਂ ਆਪਾਂ ਲਗਾਉਣਾ ਗਾ, ਰੈਗੂਲਰ ਲਗਾਉਣਾ ਜਾਂ ਵੀਕ ਦੇ ਵਿੱਚ ਕਿੰਨੇ ਵਾਰ ਲਾਵਾਂਗੇ, ਉਹ ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੋ ਜੀ, ਪਹਿਲਾਂ ਆਪਾਂ ਕਿਚਨ 'ਚ ਚੱਲਦੇ ਹਾਂ।
ਲਓ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਆਲੂ ਲਿਆ। ਇਹ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲੈਂਦੇ ਹਾਂਗੇ। ਇਹਦੇ ਨਾਲ ਆਪਾਂ ਆਪਣੇ ਫੇਸ ਨੂੰ ਕਲੀਨਜ ਕਰਾਂਗੇ, ਇਹ ਜ਼ਰੂਰੀ ਹੈਗਾ। ਇਹ ਅੱਛਾ ਜਿਹੜਾ ਇਹ ਆਪਾਂ ਕਲੀਨਜ ਕਰ ਰਹੇ ਹਾਂ ਆਪਣੇ ਫੇਸ ਨੂੰ, ਇਹ ਇੱਕ ਮਤਲਬ ਕਿ ਆਪਣੇ ਸਕਿਨ ਨੂੰ ਪੋਲਿਸ਼ ਵੀ ਕਰੂਗਾ, ਜਿਵੇਂ ਕਿ ਆਪਾਂ ਹੈ ਨਾ ਬਲੀਚ ਕਰਦੇ ਹਾਂ ਉਹਦਾ ਵੀ ਕੰਮ ਕਰੂਗਾ ਬਲੀਚ ਦਾ। ਲਓ ਜੀ, ਆਲੂ ਵੀ ਚੰਗੀ ਤਰ੍ਹਾਂ ਧੋ ਲਿਆ ਸੀਗਾ, ਧੋਣਾ ਜ਼ਰੂਰੀ ਹੈ। ਅਤੇ ਜਿਹੜਾ ਕੱਦੂਕਸ ਸੀਗਾ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਧੋ ਲਿਆ। ਅਤੇ ਜਿਹੜਾ ਆਪਾਂ ਕਲੀਨਜਿੰਗ ਕਰਾਂਗੇ ਆਪਣੇ ਫੇਸ ਨੂੰ, ਇਹ ਆਪਣੇ ਮਤਲਬ ਕਿ ਚਿਹਰੇ ਨੂੰ ਨਾ ਫੇਸ ਨੂੰ ਪੂਰਾ ਫੇਅਰ ਕਰੂਗਾ, ਪੂਰਾ ਜਾਣੀ ਕਿ ਸਾਫ਼ ਕਰੂਗਾ, ਇੱਕ ਬਲੀਚ ਦੀ ਤਰ੍ਹਾਂ ਇੱਕ ਪੋਲਿਸ਼ ਦੀ ਤਰ੍ਹਾਂ ਹੀ ਕੰਮ ਕਰੂਗਾ ਹੈ ਨਾ। ਪੂਰਾ ਆਲੂ ਲੈਣਾ ਗਾ ਆਪਾਂ, ਮੀਡੀਅਮ ਸਾਈਜ਼ ਦਾ ਆਲੂ ਸੀਗਾ, ਜਿਹੜਾ ਖਰਾਬ ਨਿਕਲ ਗਿਆ ਉਹਨੂੰ ਕਰ, ਥੋੜ੍ਹਾ ਜਿਹਾ ਆਲੂ ਖਰਾਬ ਸੀਗਾ ਉਹ ਮੈਂ ਕੱਟਤਾ। ਅਤੇ ਇਸ ਤਰ੍ਹਾਂ ਆਪਾਂ ਅੱਛਾ ਇੱਕ ਹੋਰ ਵੀ ਹੈ ਜਿਹੜੀਆਂ ਛਾਈਆਂ ਹੁੰਦੀਆਂ ਨੇ ਇਹਦੇ ਨਾਲ, ਉਹ ਛਾਈਆਂ ਵੀ ਠੀਕ ਹੁੰਦੀਆਂ ਨੇ, ਕਿਉਂਕਿ ਮੇਰੇ ਛਾਈਆਂ ਦੀ ਪ੍ਰੋਬਲਮ ਕਰਕੇ ਮੈਂ ਵੀ ਇਹ ਟਰਾਈ ਕਰ ਰਹੀ ਹੈਗੀ। ਅਤੇ ਕਰਨਾ ਜ਼ਰੂਰੀ ਹੈ, ਕਈ ਭੈਣਾਂ ਨਹੀਂ ਆਪਣੇ ਫੇਸ ਨੂੰ ਉਹ ਕਰਦੀਆਂ। ਸਭ ਤੋਂ ਮੇਨ ਉਹ ਹੈਗਾ ਹੈ ਨਾ, ਪਹਿਲਾ ਸਟੈਪ ਜਿਹੜਾ ਇਹ ਮੇਨ ਹੈਗਾ, ਇਹ ਕਰਨਾ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜਾ ਆਪਾਂ ਇਹਦਾ ਪਾ ਜੂਸ ਆਲੂ ਦਾ ਸਾਰਾ ਇਸ ਵਿੱਚ ਇਸ ਤਰ੍ਹਾਂ ਨਿਚੋੜ ਕੇ ਕੱਢ ਲਵਾਂਗੇ। ਲਓ ਜੀ, ਇਹ ਆਲੂ ਦਾ ਜਿਹੜਾ ਰਸ ਆ ਜੂਸ ਅਸੀਂ ਜਿਹੜੀ ਨਿਕਲ ਗਿਆ। ਉਸ ਤੋਂ ਬਾਅਦ ਆਪਾਂ ਲੈਣਾ ਗੁਲਾਬ ਜਲ, ਗੁਲਾਬ ਜਲ ਲੈ ਕੇ ਆਪਾਂ ਇਹਦੇ ਵਿੱਚ ਇੱਕ ਚਮਚ ਗੁਲਾਬ ਜਲ ਦਾ ਐਡ ਕਰਾਂਗੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰਾਂਗੇ ਹਾਫ ਨਿੰਬੂ ਐਡ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਵਿਟਾਮਿਨ ਈ ਦੇ 2 ਕੈਪਸੂਲ ਪਾਇਓ, ਮੇਰੇ ਕੋਲ ਹੈ ਨਹੀਂ ਸੀਗਾ, ਮੈਂ ਇਹਦੇ ਵਿੱਚ ਪਾ ਰਹੀ ਹਾਂ ਆਹ ਬਦਾਮਾਂ ਦਾ ਤੇਲ। ਤੁਸੀਂ ਇਹਦੇ ਵਿੱਚ ਵਿਟਾਮਿਨ ਈ ਦੇ ਕੈਪਸੂਲ ਪਾਇਓ, ਮੇਰੇ ਕੋਲ ਹੈ ਨਹੀਂ ਸੀ ਇਸ ਟਾਈਮ। ਚਲੋ ਜੀ, ਪਹਿਲਾਂ ਤਾਂ ਆਪਣੇ ਫਸਟ ਜਿਹੜਾ ਇਹ ਹੋ ਗਿਆ, ਇਹਦੇ ਨਾਲ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਫੇਸ ਸਾਫ਼ ਕਰਕੇ। ਲਓ ਜੀ, ਇਹਨੂੰ ਆਪਾਂ ਹੁਣ ਆਪਣੇ ਫੇਸ 'ਤੇ ਅਪਲਾਈ ਕਰਦੇ ਹਾਂ। ਆਪਣੇ ਪਹਿਲਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵੀ ਜ਼ਰੂਰੀ ਆ, ਅਤੇ ਪਾਣੀ ਨਾਲ ਜਾਣੀ ਕਿ ਪਹਿਲਾਂ ਸਾਫ਼ ਕਰ ਲਓ। ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕੋਟਨ ਦੇ ਨਾਲ, ਜਾਂ ਤੁਸੀਂ ਇਹ ਵੀ ਕਰ ਸਕਦੇ ਹੋ, ਇਹਨੂੰ 5-7 ਮਿੰਟ ਨਾ ਇਸ ਤਰ੍ਹਾਂ ਕੋਟਨ ਦੇ ਵਿੱਚ ਰੱਖ ਦਿਓ, ਡਿਪ ਕਰਕੇ। ਨਹੀਂ ਰੱਖਣਾ, ਨਹੀਂ ਟਾਈਮ ਤਾਂ ਬਸ ਇਸ ਤਰ੍ਹਾਂ ਅਪਲਾਈ ਕਰ ਲਓ ਆਪਣੇ ਫੇਸ 'ਤੇ। ਇਹਦੇ ਨਾਲ ਨਾ ਜਿੰਨਾ ਆਪਾਂ ਫੇਸ ਮਰਜ਼ੀ ਸਾਫ਼ ਕਰ ਲਈਏ, ਜਿਹੜੀ ਡਸਟ ਹੁੰਦੀ ਹੈ ਇਹਦੇ ਨਾਲ ਹੀ ਉਤਰਦੀ ਆ। ਹਾਂ, ਨਿੰਬੂ ਆ ਜਿਹੜਾ, ਨਿੰਬੂ ਜੇਕਰ ਤੁਹਾਡੀ ਸਕਿਨ ਡਰਾਈ ਆ, ਡਰਾਈ ਹੈਗੀ, ਤੁਸੀਂ ਨਹੀਂ ਉਹ ਕਰ ਸਕਦੇ ਹੈ ਨਾ, ਮਤਲਬ ਕਿ ਨਹੀਂ ਤੁਹਾਨੂੰ ਸ਼ੂਟ ਕਰਦਾ ਹੈ ਨਾ ਜਿਹੜਾ ਨਿੰਬੂ ਆ, ਉਹ ਤੁਸੀਂ ਨਾ ਪਾਓ, ਸਕਿੱਪ ਕਰ ਦਿਓ। ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਸਾਫ਼ ਕਰ ਲਵਾਂਗੇ। ਵੈਸੇ ਵੀ ਕੋਈ ਵੀ ਆਪਾਂ ਮਸਾਜ ਕਰਦੇ ਉਹਨੂੰ ਹਲਕੇ ਹੱਥਾਂ ਨਾਲ ਹੀ ਕਰਨੀ ਚਾਹੀਦੀ ਆ। ਦੇਖੋ ਲਗਾ ਕੇ ਪਤਾ ਲੱਗਦਾ ਵੀ ਕਿੰਨਾ ਕੁ ਜ਼ਿਆਦਾ ਇਹਦੇ ਨਾਲ, ਦੇਖੋ ਜਿਹੜੀ ਆਪਣੀ ਡਸਟ ਵੀ ਇਕੱਠੀ ਹੋਊਗੀ ਅਤੇ ਆਪਣੀ ਸਕਿੰਨ ਵੀ ਕਿੰਨੀ ਕੁ ਜ਼ਿਆਦਾ ਪੋਲਿਸ਼ ਟਾਈਪ, ਅਤੇ ਜਿਵੇਂ ਕਿ ਆਪਾਂ ਬਲੀਚ ਕਰਦੇ ਹਾਂ ਨਾ ਉਹ ਚੀਜ਼ ਹੋ ਜੂਗੀ। ਇਸ ਤਰ੍ਹਾਂ ਆਪਾਂ ਇਹਨੂੰ ਲਾ ਕੇ 2 ਮਿੰਟ ਰੱਖ ਦੇਵਾਂਗੇ। 2 ਮਿੰਟ ਇਸ ਤਰ੍ਹਾਂ ਹੀ ਰੱਖ ਦਾਂਗੇ ਆਪਾਂ। ਉਸ ਤੋਂ ਬਾਅਦ ਆਪਾਂ ਇਹਨੂੰ ਨੋਰਮਲ ਪਾਣੀ ਨਾਲ ਸਾਫ਼ ਕਰਾਂਗੇ, ਨਾ ਹੀ ਜ਼ਿਆਦਾ ਠੰਡਾ ਹੋਵੇ ਨਾ ਗਰਮ ਹੈ ਨਾ। ਜੀ ਦੇਖੋ 2 ਮਿੰਟ ਹੋ ਚੁੱਕੇ ਨੇ ਅਤੇ ਆਪਾਂ ਹੁਣ ਆਪਣਾ ਫੇਸ ਜਿਹੜਾ ਸਾਫ਼ ਕਰਦੇ ਹਾਂ, ਧੋਨੇ ਜਾਣੀ ਕਿ ਪਾਣੀ ਦੇ ਨਾਲ। ਜੀ ਦੇਖੋ ਫੇਸ ਮੈਂ ਆਪਣਾ ਸਾਫ਼ ਕਰ ਲਿਆ, ਅਤੇ ਦੇਖ ਸਕਦੇ ਤੁਸੀਂ ਕਿੰਨੀ ਕੁ ਜਿਹੜੀ ਸ਼ਾਈਨ ਆਈ ਆ ਫੇਸ 'ਤੇ ਸਿਰਫ ਕਲੀਨਜਿੰਗ ਕਰਨ ਦੇ ਨਾਲ। ਚਲੋ ਜੀ, ਜਿਹੜਾ ਅਗਲਾ ਸਟੈਪ ਆ ਹੈ ਨਾ ਉਹ ਆਪਾਂ ਦੇਖ ਲੈਂਦੇ, ਉਹਦੇ ਲਈ ਕੀ ਕੁਛ ਚਾਹੀਦਾ, ਕੀ ਕਰਨਾ ਆਪਾਂ।
ਲਓ ਜੀ ਨੈਕਸਟ ਜਿਹੜੀ ਆਪਾਂ ਮੁਲਤਾਨੀ ਮਿੱਟੀ ਲੈਣੀ ਹੈਗੀ। ਮੁਲਤਾਨੀ ਮਿੱਟੀ ਤਾਂ ਤੁਹਾਨੂੰ ਪਤਾ ਹੀ ਹੈ ਸਮਰ ਦੇ ਲਈ ਕਿੰਨੀ ਕੁ ਵਧੀਆ ਆਪਣੇ ਫੇਸ ਲਈ, ਇਹ ਕਿੰਨੀ ਠੰਡੀ ਹੁੰਦੀ ਹੈ ਹਨਾ, ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈਗਾ। ਤੇ ਚਲੋ ਜੀ ਇਹਦਾ ਆਪਾਂ ਲਵਾਂਗੇ ਇੱਕ ਚਮਚਾ ਭਰ ਕੇ ਪੂਰਾ। ਲਓ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੱਚਾ ਦੁੱਧ ਆ ਜਿਹੜਾ ਉਹ ਐਡ ਕਰਾਂਗੇ। ਕੱਚੇ ਦੁੱਧ ਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਕੀ ਕੰਮ ਕਰਦਾ ਆਪਣੇ ਚਿਹਰੇ ਨੂੰ, ਜਿਹੜਾ ਹੌਲੀ ਹੌਲੀ ਫੇਅਰ ਵੀ ਕਰਦਾ, ਗਲੋਇੰਗ ਬਣਾਉਂਦਾ ਤੇ ਹਾਈਡਰੇਟ ਕਰਦਾ ਆਪਣੇ ਚਿਹਰੇ ਨੂੰ ਹਨਾ, ਸਕਿਨ ਨੂੰ। ਚਾਰ ਕੁ ਚਮਚ ਜਿਹੜੇ ਪੈ ਗਏ ਇਹਦੇ ਵਿੱਚ, ਤੁਸੀਂ ਵਿਟਾਮਿਨ ਈ ਦੇ ਕੈਪਸੂਲ ਵੀ ਮਿਕਸ ਕਰ ਸਕਦੇ ਹੋਗੇ ਹਨਾ। ਥੋੜਾ ਜਿਹਾ ਦੁੱਧ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ, ਥੋੜਾ ਜਿਹਾ ਦੁੱਧ ਹੋਰ ਐਡ ਕਰ ਦਿੰਦੇ ਹਾਂ। ਇੱਕ ਗਾੜਾ ਜਾਂ ਥਿੱਕ ਜਿਹਾ ਆਪਾਂ ਪੇਸਟ ਬਣਾ ਲਵਾਂਗੇ ਇਹਦਾ। ਇਹਨੂੰ ਤੁਸੀਂ ਕੱਚੇ ਦੁੱਧ ਦੇ ਵਿੱਚ ਪਾਇਓ, ਕਿਉਂਕਿ ਜਿਹਨਾਂ ਦੀ ਡਰਾਈ ਸਕਿਨ ਆ ਇਹ ਫਿਰ ਆਲ ਸਕਿਨ ਦੇ ਲਈ ਹੈਗਾ, ਕਿਉਂਕਿ ਜੇ ਆਪਾਂ ਨੂੰ ਰੋਜ਼ ਵਾਟਰ ਦੇ ਵਿੱਚ ਮਿਕਸ ਕਰਕੇ ਲਾਉਣੇ ਆ ਹਨਾ, ਫਿਰ ਇਹ ਥੋੜਾ ਜਿਹਾ ਸਕਿਨ ਜਿਹੜੀ ਇਹਦੇ ਨਾਲ ਮਤਲਬ ਕਿ ਡਰਾਈ ਰਹਿੰਦੀ ਹੈ ਨਾ। ਜੇ ਤੁਸੀਂ ਕੱਚੇ ਦੁੱਧ ਦੇ ਵਿੱਚ ਇਹਦੇ ਵਿੱਚ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਮਿਲਾਓਗੇ ਹਨਾ, ਵਿਟਾਮਿਨ ਈ ਦੇ ਵਾਈਟਨਿੰਗ ਕੈਪਸੂਲ ਨੇ ਜਿਹੜੇ ਉਹ ਵੀ ਮਿਲਾ ਸਕਦੇ ਹੋ ਤੁਸੀਂ ਇਹਦੇ ਵਿੱਚ ਹਨਾ, ਬਹੁਤ ਵਧੀਆ ਉਹਨਾਂ ਦੇ ਵੀ ਰਿਜ਼ਲਟ ਨੇਗੇ। ਮੇਰੇ ਕੋਲ ਹੈ ਨਹੀਂ ਸੀਗੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਕੋਈ ਨਾ। ਲਓ ਜੀ ਟੋਟਲ ਆਪਣੇ 5-6 ਚਮਚ ਦੁੱਧ ਦੇ ਜਿਹੜੇ ਪੈ ਗਏ ਨੇ ਇਹਦੇ ਵਿੱਚ। ਇਹ ਥੋੜੀ ਚਿਪਕਦੀ ਜ਼ਿਆਦਾ ਹੁੰਦੀ ਹੈ ਨਾ ਮੁਲਤਾਨੀ ਮਿੱਟੀ। ਲਓ ਜੀ ਮੁਲਤਾਨੀ ਮਿੱਟੀ ਦਾ ਪੈਕ ਜਿਹੜਾ ਬਣ ਗਿਆ, ਤੇ ਤੁਸੀਂ ਇਹਦੇ ਵਿੱਚ ਵਾਈਟਨਿੰਗ ਕੈਪਸੂਲ ਤੇ ਇਹਦੇ ਵਿੱਚ ਤੁਸੀਂ ਜਾਂ ਫਿਰ ਵਿਟਾਮਿਨ ਈ ਦੇ ਕੈਪਸੂਲ ਜ਼ਰੂਰ ਮਿਕਸ ਕਰਿਓ ਹਨਾ, ਤਾਂ ਕਿ ਵਧੀਆ ਰਿਜ਼ਲਟ ਆਵੇ ਤੁਹਾਨੂੰ ਹਨਾ। ਤੁਸੀਂ ਆਪ ਮੈਨੂੰ ਕਹੋ, ਸੋਹਣੇ ਸੋਹਣੇ ਕਮੈਂਟ ਕਰੋ ਤੁਸੀਂ ਆਪ ਹਨਾ, ਹੋਰ ਵੀ ਮੈਨੂੰ ਫਿਰ ਹੋਮ ਮੇਡ ਪੈਕ ਵਗੈਰਾ ਬਣਾਉਣ ਬਾਰੇ ਪੁੱਛੋ ਹਨਾ। ਚਲੋ ਜੀ ਇਹਨੂੰ ਆਪਾਂ ਅਪਲਾਈ ਕਰ ਲੈਂਦੇ ਹਾਂ, ਬ੍ਰੱਸ਼ ਵਗੈਰਾ ਤਾਂ ਹੈ ਨਹੀਂ, ਹੱਥਾਂ ਨਾਲ ਹੀ ਅਪਲਾਈ ਕਰ ਲਾਂਗੇ। ਬਹੁਤ ਜ਼ਿਆਦਾ ਠੰਡਾ ਜਿਹੜਾ ਇਹ ਸਮਰ ਪੈਕ ਆ। ਇੱਕ ਚਮਚ ਤਾਂ ਕਾਫੀ ਬਣ ਜਾਂਦਾ, ਤੁਸੀਂ ਆਪਣੇ ਲਈ ਬਣਾ ਰਹੇ ਹੋ ਤਾਂ ਅੱਧਾ ਹੀ ਚਮਚ ਕਾਫੀ ਹੈ, ਇੱਕ ਚਮਚ ਤਾਂ ਕਾਫੀ ਜ਼ਿਆਦਾ ਬਣ ਜਾਂਦਾ ਇਹ। ਹਮੇਸ਼ਾ ਉੱਪਰ ਨੂੰ ਲਾਓ, ਕੋਈ ਵੀ ਫੇਸ ਪੈਕ ਲਾਉਣੇ ਮਸਾਜ ਕਰਦੇ ਹੋ ਉੱਪਰ ਨੂੰ ਹੀ ਕਰੋ। ਲਓ ਜੀ ਹੁਣ ਆਪਾਂ ਇਹਨੂੰ 15 ਕੁ ਮਿੰਟ ਸੁੱਕਣ ਲਈ ਦੇਵਾਂਗੇ, ਉਸ ਤੋਂ ਬਾਅਦ ਆਪਣਾ ਫੇਸ ਨੈਚੁਰਲ ਸੋਰੀ ਨੋਰਮਲ ਪਾਣੀ ਦੇ ਨਾਲ ਸਾਫ਼ ਕਰ ਦਾਂਗੇ। ਲਓ ਜੀ ਦੇਖੋ ਇੱਥੇ ਨਾ ਇੱਕ ਚਮਚ ਤੋਂ 3 ਜਣਿਆਂ ਲਈ ਫੇਸ ਪੈਕ ਤਿਆਰ ਹੋ ਗਿਆ ਸੀਗਾ। ਕਲੇਰ ਸਾਹਿਬ ਨੇ ਵੀ ਲਗਾ ਲਿਆ ਸੀਗਾ, ਫਿਰ ਪਿੰਦਰ ਨੇ ਵੀ, ਸਾਡੇ 3 ਜਣਿਆਂ ਲਈ ਇੱਕ ਚਮਚ ਤੋਂ ਅਸੀਂ ਫੇਸ ਪੈਕ ਤਿਆਰ ਕੀਤਾ ਗਾ, ਅਤੇ ਇਹਨੂੰ ਹੁਣ ਆਪਾਂ ਬਸ 10 ਮਿੰਟ ਰੱਖਾਂਗੇ। 10 ਮਿੰਟਾਂ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਤਾਜ਼ੇ ਪਾਣੀ ਨਾਲ ਆਪਣੇ ਫੇਸ ਨੂੰ ਸਾਫ਼ ਕਰ ਲਵਾਂਗੇ। ਲਓ ਜੀ ਇੱਥੇ 10 ਮਿੰਟ ਜਿਹੜੇ ਹੋ ਚੁੱਕੇ ਨੇ, ਆਪਾਂ ਆਪਣੇ ਫੇਸ ਨੂੰ ਹੁਣ ਪਾਣੀ ਨਾਲ ਧੋ ਕੇ ਫਿਰ ਤੁਹਾਨੂੰ ਮਿਲਦੇ ਹਾਂ। ਲਓ ਜੀ ਦੇਖੋ ਫੇਸ ਮੈਂ ਆਪਣਾ ਸਾਫ਼ ਕਰ ਲਿਆ ਤਾਜ਼ੇ ਪਾਣੀ ਨਾਲ, ਚੰਗੀ ਤਰ੍ਹਾਂ ਧੋ ਲਿਆ, ਅਤੇ ਕਲੇਰ ਸਾਹਿਬ ਨੇ ਵੀ ਲਗਾਇਆ ਗਾ ਇਹ ਪੈਕ, ਕਿਉਂਕਿ ਕਾਫ਼ੀ ਬਣ ਗਿਆ ਸੀਗਾ। ਪਿੰਦਰ ਦੇ ਵੀ ਲਗਾਤਾ ਸੀਗਾ, ਪਿੰਦਰ ਦਾ ਪਹਿਲਾਂ ਹੀ ਚਲੋ ਰੰਗ ਸਾਫ਼ ਸੀ, ਵੈਸੇ ਠੰਡਕ ਵਾਸਤੇ ਲਗਾਤਾ ਹਨਾ। ਕਲੇਰ ਸਾਹਿਬ ਨੂੰ ਬਹੁਤ ਫਰਕ ਪੈ ਗਿਆ, ਉਹ ਨਹਾ ਕੇ ਬਾਹਰ ਸੋਰੀ ਆਪਣਾ ਫੇਸ ਧੋ ਕੇ ਬਾਹਰ ਚਲੇ ਗਏ,
ਤੇ ਤੁਸੀਂ ਇਹਨੂੰ ਹਫਤੇ ਚ 4 ਵਾਰ ਵੀ ਲਗਾ ਸਕਦੇ ਹੋ, 2 ਵਾਰ ਵੀ ਲਗਾ ਸਕਦੇ ਹੋ, ਉਹ ਤੁਹਾਡੀ ਮਰਜ਼ੀ ਵੀ ਕਿੰਨਾ ਤੁਹਾਡੇ ਕੋਲ ਟਾਈਮ ਹੈਗਾ, ਹਨਾ, ਕਿਸ ਟਾਈਮ ਤੁਸੀਂ ਲਗਾ ਸਕਦੇ ਹੋ, ਕਦੋਂ ਤੁਹਾਡੇ ਕੋਲ ਟਾਈਮ ਆ। 10 ਮਿੰਟ ਇਹਨੂੰ ਰੱਖ ਲਓ, ਉਸ ਤੋਂ ਬਾਅਦ ਆਪਣਾ ਫੇਸ ਹੈ ਜਿਹੜਾ ਵਾਸ਼ ਕਰ ਦਿਓ ਤਾਜ਼ੇ ਪਾਣੀ ਨਾਲ, ਜਾਂ ਨੋਰਮਲ ਵਾਟਰ ਲੈ ਲਓ, ਹਨਾ, ਉਹਦੇ ਨਾਲ ਸਾਫ਼ ਕਰ ਦਿਓ। ਚਲੋ ਜੀ, ਜੇ ਅੱਜ ਦਾ ਤੁਹਾਨੂੰ ਇਹ ਪੈਕ ਪਸੰਦ ਆਇਆ ਤਾਂ ਆਪਣੇ ਜਿਹੜੇ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ, ਹਨਾ, ਤੁਸੀਂ ਵੀ ਕਿੰਨਾ ਕੁ ਤੁਹਾਨੂੰ ਫਰਕ ਪਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜ਼ਰੂਰ ਲਿਖੋ ਇਹਨੂੰ ਟਰਾਈ ਕਰਕੇ। ਅਤੇ ਬਾਕੀ ਜੇਕਰ ਵਧੀਆ ਲੱਗਿਆ ਤਾਂ ਦੱਬ ਕੇ ਇਹਨੂੰ ਸ਼ੇਅਰ ਕਰਦੇ ਹੋ, ਦੇਖੋ, ਹਨਾ, ਇਹੀ ਹੁੰਦਾ ਵੀ ਮਿਹਨਤ ਮੈਂ ਬਹੁਤ ਜ਼ਿਆਦਾ ਕਰਦੀ ਹਾਂ, ਪਰ ਵੀਡੀਓ ਨੂੰ ਮੇਰੇ ਨੂੰ ਸ਼ੇਅਰ ਵੀ ਕਰਦਿਆ ਕਰੋ, ਹਨਾ, ਅਤੇ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ। ਲਾਈਕ ਬਹੁਤ ਜ਼ਿਆਦਾ ਘੱਟ ਹੁੰਦੇ ਨੇ ਕਿਉਂਕਿ ਮੈਂ ਬਹੁਤ ਮਿਹਨਤ ਕਰਦੀ ਹਾਂ, ਪਰ ਤੁਹਾਡੇ ਲਾਈਕ ਬਹੁਤ ਘੱਟ ਹੁੰਦੇ ਨੇ। ਚਲੋ ਜੀ, ਲਾਈਕ ਵੀ ਕਰਿਓ ਲਾਜ਼ਮੀ, ਹੈ ਨਾ, ਅਤੇ ਪ੍ਰੈਸ ਕਰ ਲਿਓ ਘੰਟੀ ਨੂੰ ਕਿ ਆਉਣ ਵਾਲੀ ਵੀਡੀਓ ਦਾ ਫਿਰ ਤੁਹਾਨੂੰ ਨੋਟੀਫਿਕੇਸ਼ਨ ਹੈ ਜਿਹੜਾ ਮਿਲ ਜਾਵੇ। ਚਲੋ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ ਵਧੀਆ ਬਲੌਗ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਹੋ, ਖੁਸ਼ਹਾਲ ਰਹੋ। ਬਾਏ ਬਾਏ, ਟੇਕ ਕੇਅਰ।